ਸਹੀ ਹੈ ਇਹਦੇ ਨਾਲ ਸਿਕੰਦਰ ਗਾਇ ਤੋਂਡੇ ਜਮੇ ਹੀ ਗਾਇ ਤੋਂਡੇ ਬਣਿਆ ਹੋਇਆ ਓਏ ਜਮੇ ਇੱਕ ਪਹੁੰਚ ਗਿਆ ਮੁੰਡੇ ਸ਼ਹਿਰ ਚੰਡੀਗੜ੍ਹ ਹੱਥ ਪੰਜੇ ਵਾਲਾ ਨਿਸ਼ਾਨ ਜਾਂ ਸਾਰੇ ਕਿਤੇ ਕਾਂਗਰਸ ਵਾਲਾ ਦਿਸੀ ਜਾਂਦਾ ਅੱਜ ਤਾਂ ਪੱਗਾਂ ਬੰਨੀਆਂ ਹੋਈਆਂ ਨੇ ਤੇ ਇੱਥੇ ਤੁਹਾਨੂੰ ਮਿਲਾਵਾਂਗੇ ਦੋ ਤਿੰਨ ਬੰਦਿਆਂ ਨਾਲ ਹਾਂ ਬਿਲਕੁਲ ਜਿਹੜੇ ਖਾਸ ਉਹ ਵੀ ਖੁਦ ਆਪ ਨੇ ਜਿਹੜੇ ਪੂਰੇ ਪਹੁੰਚੇ ਹੋਏ ਆ ਉਹਨਾਂ ਚੋਂ ਸ਼ਰਨ ਇੱਕ ਆਪਣਾ ਨਿਹੰਗ ਸਿੰਘ ਜਿਹਦੇ ਬਾਰੇ ਪਹਿਲੇ ਦਿਨ ਪੋਸਟ ਵੀ ਪਾਈ ਸੀ ਆਪਾਂ ਲਿਖ ਕੇ ਇੱਕ ਫੇਸਬੁੱਕ ਤੇ ਬਹੁਤ ਗੁਣੀ ਬੰਦਾ ਉਹ ਤੇ ਉਹਦੇ ਦਰਸ਼ਨ ਕਰਾਵਾਂਗੇ ਮਤਲਬ ਕਿ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਇੱਕ ਤੁਹਾਡੇ ਆਪਦੇ ਕੰਮ ਆ ਇੱਕ ਆਪਾਂ ਹੋਰ ਬੰਦੇ ਨੂੰ ਵੀ ਮਿਲਣਾ ਕਿਹਨੂੰ ਯਾਦਵਿੰਦਰ ਸਿੰਘ ਖੇੜਾ ਤੂੰ ਨਹੀਂ ਜਾਣਦਾ ਮੇਰੇ ਖਿਆਲ ਚ ਬਾਈ ਨੂੰ ਠੀਕ ਆ ਉਹ ਵੀ ਗੁਣੀ ਬੰਦਾ ਪੂਰਾ ਠੀਕ ਆ ਠੀਕ ਆ ਤੇ ਆ ਬਾਜਾ ਬੰਦ ਕਰ ਓਏ ਇਹ ਤਾਂ ਬੰਦ ਹੀ ਆ ਹਾਂ ਹੁਣ ਚੱਲਦੇ ਆ ਆਪਾਂ ਭੁੱਖ ਲੱਗੀ ਵੀ ਉਸਤਾਦ ਜੀ ਬਹੁਤ ਭੁੱਖ ਲੱਗੀ ਆ ਸਵੇਰ ਦਾ ਨਿਰਣਾ ਕਾਲ ਜਦ ਸਮਾਂ ਹੋ ਚੁੱਕਿਆ ਵਾ 5:20 ਸ਼ਾਮ ਦੇ ਨਾਈਸ ਸਰ ਤੁਹਾਡੀ ਮੁੱਛਾਂ ਕੰਨ ਤੇ ਸਲਵਾਰ ਸੁੱਕੜੇ ਪਾਈ ਹੁੰਦੀ ਆ ਠੀਕ ਆ ਯਾਰ ਇੱਥੇ ਦੇਖ ਯਾਰ ਕਿਸਾਨ ਅੰਦੋਲਨ ਵਾਲੇ ਮੁੰਡੇ ਸਮਰਥਕ ਸਮਰਥਕ ਜਿਹੜੇ ਮੁੰਡੇ ਕੁੜੀਆਂ ਇੱਥੇ ਖੜਦੇ ਆ ਅਜੇ ਵੀ ਚੰਗੀ ਗੱਲ ਹੈ ਇਹ ਲਾਲੇ ਮੁੰਡਿਆਂ ਨੇ ਇੰਟਰਨੈਸ਼ਨਲ ਮਾਸਕ ਚੰਡੀਗੜ੍ਹ ਇੱਥੇ ਤਾਂ ਬਗਾਨੇ ਬਹੁਤ ਕੱਟ ਕੇ ਨਾਲ ਦੇ ਨਾਲ ਚਲਾਨ ਜਾ ਫੜਾ ਦੇਣਗੇ ਤੇ ਇਹਦੇ ਨਾਲੋਂ ਚੰਗਾ ਵੀ ਆਪਦੀ ਲੱਜ ਪੱਤ ਰੱਖੀ ਜਾਏਗੀ ਪਹਿਲਾਂ ਹੀ ਇੱਥੇ ਤਾਂ ਯੁਵਰਾਜ ਵਰਗੇ ਨਹੀਂ ਬਖਸ਼ੇ ਯੁਵਰਾਜ ਦਾ ਚਲਾਨ ਕੱਟਦਾ ਇੱਥੇ ਕੱਟਦਾ ਸੀ ਬਹੁਤ ਸਾਲ ਪਹਿਲਾਂ ਕਿਹੜਾ ਕ੍ਰਿਕਟ ਵਾਲੇ ਦਾ ਕ੍ਰਿਕਟ ਵਾਲੇ ਦਾ ਠੀਕ ਆ ਕ੍ਰਿਕਟ ਖੇਡ ਨਹੀਂ ਯੁਵਰਾਜ ਨਹੀਂ ਦੂਜਾ ਉਹ ਕਿਹੜਾ ਉਹ ਪਟਕੇ ਜੇ ਵਾਲਾ ਕੀ ਨਾਮ ਉਹਦਾ ਹਰਭਜਨ ਹਰਭਜਨ ਠੀਕ ਆ ਠੀਕ ਆ ਸੋ ਤਾਂ ਕਰਕੇ ਮਾਸਕ ਇੱਥੇ ਜ਼ਰੂਰੀ ਆ ਫੁੱਫੜ ਤੋਂ ਆਹ ਵੀ ਕਾਗਜ਼ ਪੱਤਰ ਪੂਰੇ ਰੱਖੋ ਫਿਰ ਅਗਲੇ ਤੇ ਫੈਕ ਚ ਵੱਜੋ ਸਹੀ ਹੈ ਸਹੀ ਹੈ ਪਰ ਆਹ ਉਹ ਲੰਘਦੇ ਉਹ ਤੋਂ ਬਲ ਕੇ ਹਾਂ ਸਵਿਫਟ ਦਾ ਰੰਗ ਦੇਖ ਨਾ ਚੰਦਰਾ ਉਹਦਾ ਉਹਦਾ ਸੁਣਾ ਦੇ ਹੁਣ ਕੀ ਰਾਜੇ ਬਰਾੜ ਦਾ ਉਹ ਹੁਣ ਕਿਵੇਂ ਸੀ ਉਹ ਸੜਕਾਂ ਚੰਡੀਗੜ੍ਹ ਸ਼ਹਿਰ ਦੀਆਂ ਪਾਣੀ ਤੇ ਤਰਦਾ ਥਾਲ ਜਿਵੇਂ ਚੌਂਕਾਂ ਵਿੱਚ ਡੈਕੋਰੇਸ਼ਨ ਨਹੀਂ ਹੋਵੇ ਕੱਢਿਆ ਜਿਵੇਂ ਰੁਮਾਲ ਕੁੜੇ ਨਹੀਂ ਗਲਤ ਕਰ ਗਿਆ ਉਸਤਾਦ ਚੱਲ ਕੋਈ ਰੁਮਾਲ ਕੱਢਣਾ ਨਹੀਂ ਨਹੀਂ ਆਏ ਸੀ ਸੜਕਾਂ ਚੰਡੀਗੜ੍ਹ ਸ਼ਹਿਰ ਦੀਆਂ ਪਾਣੀ ਤੇ ਤਰਦਾ ਥਾਲ ਜਿਵੇਂ ਚੌਂਕਾਂ ਵਿੱਚ ਡੈਕੋਰੇਸ਼ਨ ਨਹੀਂ ਤੇਰਾ ਕੱਢਿਆ ਹੁੰਦਾ ਰੁਮਾਲ ਜਿਵੇਂ ਇਹ ਮੈਂ ਪਹਿਲਾਂ ਆਈ ਸੀਗਾ ਤੂੰ ਜਦੋਂ ਵਿੱਚ ਆਪਦਾ ਟੱਚ ਦਿੱਤਾ ਨਾ ਪਹਿਲਾਂ ਨਾ 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 ਹੁਣ ਤਾਂ ਤੂੰ ਹੀ ਗਾਇਆ ਪਹਿਲਾਂ ਨਹੀਂ ਗੁਣਗਣਾਉਂਦੇ ਸੀਗੇ ਉਦੋਂ ਗੁਣਗਣਾਉਣ ਵੇਲੇ ਤਾਂ ਚੱਲ ਹਾਂ ਉਦੋਂ ਜਾਨੀ ਕਿ ਜਿਹੜਾ ਸਿਸਟਮ ਕੰਪੋਜੀਸ਼ਨ ਚੇਂਜ ਕਰਤੀ ਸੀ ਰਾਜ ਬਰਾੜ ਆਪ ਖੁਦ ਨਹੀਂ ਰਿਹਾ ਖੁਦ ਨਹੀਂ ਰਿਹਾ ਇਹ ਆ ਪਵਾਦ ਦਾ ਇਲਾਕਾ ਇਹ ਪਵਾਦੀ ਪਵਾਦ ਦਾ ਇਲਾਕਾ ਇਹ ਸਿਕੰਦਰ ਸਿੰਘ ਅੱਛਾ ਮੈਂ ਅੱਜ ਤੱਕ ਇਹਨੂੰ ਮਾਲਵਾ ਹੀ ਮੰਨੀ ਜਾਂਦਾ ਨਾ ਨਾ ਇਹ ਮਾਲਵਾ ਨਹੀਂ ਰੋਪੜ ਤੇ ਇਹ ਹੋ ਗਿਆ ਚੰਡੀਗੜ੍ਹ ਅੰਬਾਲਾ ਉਹ ਤਾਂ ਸਾਰਾ ਇਲਾਕਾ ਇਹ ਪਵਾਦ ਦਾ ਇਹ ਪਵਾਦ ਦੇ 28 ਪਿੰਡਾਂ ਦੇ 28 ਪਿੰਡ ਚੱਕ ਕੇ ਫਿਰ ਚੰਡੀਗੜ੍ਹ ਵਸਾਇਆ ਸੀਗਾ ਠੀਕ ਹੈ ਪਰ ਮਾਸਕ ਤੂੰ ਨੱਕ ਦੇ ਉੱਤੇ ਕਰ ਲੈ ਵੀਰ ਚਲਾਣਾ ਹੈ ਵੀ ਘਟਿਆ ਜਾਊਗਾ 43 ਦੇ ਬੱਸ ਅੱਡੇ ਤੋਂ ਆ ਗਏ 17 ਤੇ ਇੱਧਰ 22 ਇੱਕ ਬਥੇਰੀ ਏਰੀਆ ਆ ਗਏ ਇੱਥੇ ਪਰ ਇਹਨੇ ਚੰਡੀਗੜ੍ਹ ਦਾ ਹਿਸਾਬ ਨਹੀਂ ਆਉਂਦਾ ਸਾਰਾ ਇੱਕੋ ਜਿਹਾ ਹੀ ਆ ਕੀ ਗੱਲ ਹੋ ਗਈ ਉਸਤਾਦ ਹੁਣ ਇੱਧਰ ਆ ਪਾਰਕਿੰਗ ਚ ਵਾੜ ਦੇਣੀ ਹੈ ਹਾਂ ਨਾਈਸ 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 ਠੀਕ ਹੈ ਇਹ ਕਹਿੰਦੇ ਅਸੀਂ ਤੁਹਾਨੂੰ ਹੁਣ ਪਰਚੀ ਦਵਾਂਗੇ ਬਿਨਾ ਪਰਚੀ ਤੋਂ ਕਾਹਨੂੰ ਸਾਰਦੇ ਆ ਸਿਟੀ ਹਾਰਟ ਮੋਬਾਈਲ ਮਾਲ ਕਿੰਨੀ ਰਕਮ ਆ ਟੁੱਟੇ ਹੈਗੇ ਮੇਰੇ ਕੋਲ ਨਹੀਂ ਇੱਥੇ ਪਏ ਸੀਗੇ ਟੁੱਟੇ ਕਲਾ ਟੁੱਟੇ ਪਏ ਨੇ ਇੱਚ ਓਏ ਇਹਦੇ ਇੱਚ ਵੀ ਪਏ ਸੀਗੇ ਯਾਰ ਤੂੰ ਦੇਣਾ ਨਾਲੇ ਤੈਨੂੰ ਇੱਥੇ ਹੋਣੇ ਨਹੀਂ ਨਹੀਂ 100 ਆ ਸਾਕੇ ਤਾਂ ਉਹ ਟੁੱਟੇ ਹੈਗੇ ਉਹ ਕਿੰਨੇ ਟੁੱਟੇ 30 ਰੁਪਏ ਉਹ ਆ ਦੇ ਦੇ ਚੁ ਖਸਮਾ 20 ਤੇ 30 ਚੈੱਕ ਵੱਧਦਾ ਯਾਰ ਨਾ ਸਿਕੰਦਰ ਜ਼ਿਆਦਾ ਹੀ ਵੱਧਦਾ ਬੜੇ ਵੱਧਦਾ ਯਾਰ ਚਲੋ ਕੌਣ ਆਖੇ ਇੰਜ ਨੀ ਇੰਜ ਕਰ ਬੰਦੇ ਕਿਤੇ ਤੁਰੇ ਫਿਰਨੇ ਇਹਨਾਂ ਨੂੰ ਪਛਾਣਨ ਵਾਲੇ ਬੰਦੇ ਲੱਭ ਹੀ ਜਾਂਦੇ ਆ ਅਸੀਂ ਚੰਡੀਗੜ੍ਹ ਆਏ ਸੀਗੇ ਤੇ ਆਹ ਬਾਈ ਮਿਲ ਗਏ ਇਹ ਸਿਕੰਦਰ ਦੀਆਂ ਵੀਡੀਓ ਦੇਖ ਕੇ ਕੀ ਹੋਏ ਆ ਮੋਟੀਵੇਟ ਨੂੰ ਜਾਣਦੇ ਨੇ ਮੋਟੀਵੇਟ ਹੋਏ ਆ ਬਦਲ ਕੇ ਤੇ ਜਦੋਂ ਅਸੀਂ ਪੰਜਾਬ ਘੁੰਮਿਆ ਸੀ ਉਦੋਂ ਸਾਨੂੰ ਆਹ ਬੰਦੇ ਮਿਲੇ ਸੀਗੇ ਕੋਪਰ ਹੀੜੇ ਕੋਲੇ
ਵੱਡਾ ਘੱਲੂਘਰ ਆ ਉੱਥੇ ਮਿਲੇ ਸੀ ਗੁਰਪ੍ਰੀਤ ਸਾਰੇ ਸਬੱਬ ਹੀ ਮਿਲ ਰਹੇ ਆ ਸਾਨੂੰ ਭਰਾ ਵਾਜ਼ ਰਿਕਾਰਡ ਕਰੂਗਾ ਵਾਜ਼ ਰਿਕਾਰਡ ਕਰੂਗਾ ਵਾਜ਼ ਰਿਕਾਰਡ ਕਰ ਰਿਹਾ ਇਹ ਆਈਫੋਨ 13 ਦਾ ਵੱਤ ਦੇਖਿਆ ਜਾਂਦਾ ਜਿਵੇਂ ਹੁਣ ਆਹ ਦੋਵੇਂ ਜਣੇ ਖੜੇ ਸਿਕੰਦਰ ਤੇ ਬਾਈ ਗੁਰਪ੍ਰੀਤ ਪਿਛਲਾ ਪਾਸਾ ਧੁੰਦਲਾ ਹੁਣ ਪਿਛਲਾ ਪਾਸਾ ਸਾਫ਼ ਹੋ ਗਿਆ ਧੁੰਦਲੇ ਹੋ ਗਏ ਇਹਨਾਂ ਦੇ ਫੋਕਸ ਕਰਤਾ ਇਹਨੂੰ ਨਵਾਂ ਆਇਆ ਫੀਚਰ ਕੀ ਕਹਿੰਦੇ ਇਹਨੂੰ ਸਿਨੇਮੈਟੋਗ੍ਰਾਫੀ ਆਵਾਜ਼ ਨਹੀਂ ਆਉਂਦੀ ਸਿਨੇਮੈਟ੍ਰਿਕ ਕਹਿੰਦੇ ਵੀ ਇੱਥੇ ਸਿਕੰਦਰ ਸਿੰਘ ਉਹਨੇ ਸਾਈਕਲ ਲੈਣਾ ਹੈ ਆਨਲਾਈਨ ਦੇਖੀ ਬੈਠਾ ਫਿਰਕੀ ਵਾਲਿਆਂ ਦੇ ਅਤੇ ਹੁਣ ਸਾਈਕਲ ਦੇਖਿਆ ਜਾਊਗਾ ਕਿਹੜਾ ਸਾਈਕਲ ਆ ਉਹ ਬਰਗਾਮੌਂਟ ਹੁਣ ਆਪਾਂ ਚੰਡੀਗੜ੍ਹ ਖੜ੍ਹੇ ਹਾਂ ਫਿਰਕੀ ਵਾਲਿਆਂ ਦੇ ਅਤੇ ਆਹ ਬਾਈ ਹੁਣੀ ਇੱਥੇ ਸਾਡੇ ਇਹ ਵੱਡੇ ਭਾਗ ਆ ਕਿ ਸਾਨੂੰ ਜਾਣਦੇ ਆ ਪਛਾਣ ਲਿਆ ਇਹਨਾਂ ਨੇ ਅਤੇ ਆਹ ਬਰਗਾਮੌਂਟ ਦਾ ਸੰਦਾ ਜਿਹੜਾ ਸਿਕੰਦਰ ਦੇਖ ਰਿਹਾ ਟੂਰਿੰਗ ਬਾਈਕ ਵੀਲ ਤਾਂ 28 ਹੈ ਵੀਰੇ ਹੁਣ ਇਹਦਾ ਇਹਦਾ ਭਾਅ ਜੀ ਵੀਲ ਹੈਗਾ ਵਾ 700 ਸੀ ਦਾ 28 ਇੰਚੀ ਆ 28 ਆ ਤੇ ਡਬਲ ਵਾਲ ਆ ਇਹ ਚੱਕਾ ਡਬਲ ਹਾਂਜੀ ਡਬਲ ਤੇ ਇਹਦੇ ਇਹਦੀ ਆ ਹੱਬ ਇੰਨੀ ਵੱਡੀ ਗੱਲ ਦਿੱਤੀ ਹੋਈ ਆ ਇਹ ਭਾਅ ਡਾਇਨਮੋ ਲਾਈਟ ਆ ਨਾ ਇਹਦੇ ਚ ਅੱਛਾ 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 ਬੈਟਰੀ ਜਾਂ ਕੁਝ ਉਹਦੇ ਨਾਲ ਨਹੀਂ ਆਪਰੇਟ ਸੈੱਲਾਂ ਨਾਲ ਇਹ ਡਾਇਨਮੋ ਆ ਜਿਵੇਂ ਪਹਿਲਾਂ ਆਉਂਦੇ ਹੁੰਦੇ ਸੀ ਨਾ ਉਹ ਚੀਜ਼ ਆ ਇਹ ਜਿਵੇਂ ਜਿਵੇਂ ਚੱਕਾ ਘੁੰਮੂਗਾ ਦੇਖੋ ਜਿਵੇਂ ਜਿਵੇਂ ਚੱਕਾ ਘੁੰਮੂਗਾ ਉਵੇਂ ਉਵੇਂ ਲਾਈਟ ਚੱਲੂਗੀ ਤੇ ਵਧੂਗੀ ਵੀ ਉਵੇਂ ਉਵੇਂ ਸਾਈਕਲ ਲੈਣਾ ਸੀ ਭਾਜੀ ਨੇ ਤੇ ਰੇਟ ਰੂਟ ਸੁਣ ਕੇ ਸਰਤਾਜ ਖੇਰਾ ਚੁੱਪ ਚਾਪ ਹੋ ਗਿਆ ਬਾਕੀ ਇਹਨਾਂ ਕੋਲ ਟਰੈਕ ਦੇ ਬਰਗਾਮੌਂਟ ਫੂਜੀ ਜਾਵਾ ਉਹਨੂੰ ਕੀ ਕਹਿੰਦੇ ਗਾਇੰਟ ਜਾਇੰਟ ਸਾਰੇ ਨੇ ਸਾਰੇ ਡੀਲ ਕਰਦੇ ਬਾਈ ਤੁਸੀਂ ਹੈ ਨਾ ਚਲੋ ਵਧੀਆ ਸਾਡੇ ਵਾਲੇ ਪਾਸੇ ਖੈਰ ਇੰਨੀ ਇੰਨੀ ਬ੍ਰਾਂਡ ਹੈਗੇ ਸਾਡੇ ਲੋਕਲ ਚੱਲਦੇ ਕਿਉਂਕਿ ਪਿੰਡਾਂ ਵਾਲਾ ਮਾਹੌਲ ਹੈ ਨਾ ਆਹ ਹੁੰਦੇ ਆ ਟੂਰਿੰਗ ਆਹ ਸਿੰਘ ਮੁੜਮੇ ਹੁੰਦੇ ਆ ਤੇ ਉਹਦਾ ਰੋਡ ਦੇ ਵੀ ਹੁੰਦੇ ਆ ਇੱਕ ਇਹਨਾਂ ਦੇ ਆਹ ਜਿਹੜਾ ਰੈਕ ਰੂਕ ਲਾਉਣ ਨੂੰ ਪੂਰਾ ਥਾਂ ਬਣਿਆ ਹੁੰਦਾ ਜਿਵੇਂ ਇੱਥੇ ਵੀ ਬਣੇ ਹੋਏ ਨੇ ਇੱਥੇ ਵੀ ਲੱਗ ਜਾਂਦਾ ਰੈਕ ਜੇ ਅੱਗੇ ਬੈਗ ਟੰਗਣੇ ਹੋਣ ਤੇ ਆਹ ਹਾਈਬ੍ਰਿਡ ਨੇ ਵੀਰੇ ਹਨਾ ਇਹ ਹਾਈਬ੍ਰਿਡ ਆ ਗਏ ਠੀਕ ਆ ਤੇ ਆਹ ਟਰੈਕ ਵਾਲਿਆਂ ਦੇ ਜੇ ਲੇਹ ਲਦਾਖ ਜਾਣਾ ਤਾਂ ਇਹੋ ਜਿਹੇ ਲੱਗ ਜਾਣੇ ਬੰਦੇ ਕਿੰਨੇ ਦਾ ਇਹ ਲੱਖ ਦਾ 1,03,000 ਦਾ 1,03,000 ਦਾ ਕਹਿੰਦੇ ਵੀ ਮੁੰਡਿਆਂ ਨੇ ਹੁਣ ਨੱਕਾਂ ਤੇ ਮਾਸਕ ਬੰਨੇ ਹੋਏ ਆ ਇਹਦਾ ਮਤਲਬ ਕਿ ਉਹ ਜੇ ਇਲਾਕੇ ਚ ਫਿਰਦੇ ਆ ਕੀ ਕਹਿੰਦੇ ਇਹਨੂੰ ਕਹਿੰਦੇ ਲਾਂਚੇ ਮਾਲ ਇਹ ਲਾਂਚੇ ਠੀਕ ਆ ਠੀਕ ਆ ਕੀ ਗੱਭਰੂ ਪੀਣਗੇ ਸਟਾਰਬਕਸ ਦੇ ਵਿੱਚ ਜਾ ਕੇ ਡਬਲ ਸ਼ਾਟ ਐਸਪ੍ਰੈਸੋ ਅਮੀਰਾਂ ਵਾਲੀ ਫੀਲਿੰਗ ਨਜਾਇਜ਼ ਹੈ ਖੂਬ ਨਜ਼ਾਰਾ ਹੈ ਕਿਹੜੀ ਹੈ ਸਿਕੰਦਰ ਇਹ ਸਟਾਰਬਕਸ ਨਹੀਂ ਨਹੀਂ ਉਹ ਨਹੀਂ ਸ਼ਾਟ ਇਹ ਐਸਪ੍ਰੈਸੋ ਸ਼ਾਟ ਡਬਲ ਹਾਂ ਆਖੇ ਖੜੀ ਰੱਖੂ ਹੋਰ ਗਿਆ ਇਹ ਗਲਤ ਹੋ ਗਿਆ ਕੰਮ ਇਹਦੀ ਇਹ ਇੱਕੋ ਹੀ ਘੁੱਟ ਭਰੀ ਆ ਤੇ ਨਹੀਂ ਯਾਰ ਤਿਆਰ ਕਰਾ ਲਿਆ ਇਹਨੇ ਅਬਰ ਬਰਿਸਟਾ ਪ੍ਰੋਮਿਸ ਲਵ ਯੂਅਰ ਐਵਰੀ ਬੈਵਰੇਜ ਅੰਗਰੇਜ਼ੀ 'ਚ ਲਿਖਿਆ ਵਾ ਨਿਰਾ ਯਾਰ ਆ ਇਹ ਇੰਨਾ ਕੌੜਾ ਸਮਾਨ ਕਿਉਂ ਪੀਂਦੇ ਹੁੰਦੇ ਹੋ ਜਾਲਮੋ ਤੇ ਅਣਕ ਜੀ ਗੜੇ ਡੇ ਪੈਂਦੀ ਇਹ ਸਿੱਟੀ ਜਾਂਦੀ ਆ ਇਹ ਸਹੀ ਹੈ ਜਾਂਦੀ ਆ ਇਹ ਹੁਣ ਆਪਾਂ ਉੱਥੋਂ ਨਿਕਲ ਆਏ ਤੇ ਚੱਲੇ ਆ ਆਪਾਂ ਧੀਰੇ ਕੋਲੇ ਧੀਰਾ ਕਿਹਨੂੰ ਕਹਿੰਦੇ ਆ ਧੀਰਜ ਕੁਮਾਰ ਪੰਜਾਬੀ ਇੰਡਸਟਰੀ ਦਾ ਹੀਰਾ ਬੰਦਾ ਵਾ ਇਹ ਅਸੀਂ ਵਟਸਐਪ ਤੇ ਉੱਤੇ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਧੀਰੇ ਨੂੰ ਤੇ ਕਹਿੰਦਾ ਬਈ ਜ਼ਰੂਰ ਮਿਲਾਂਗੇ ਤੇ ਹੁਣ ਅਸੀਂ ਉਸ ਭਰਾ ਕੋਲੇ ਚੱਲੀ ਜਾਂਦੇ ਹਾਂ ਜਾਈ ਜਾਂਦੇ ਹਾਂ 82 ਸੈਕਟਰ ਦੇ ਵਿੱਚ ਸ਼ੂਟ ਚੱਲੀ ਜਾਂਦਾ ਉਹਨਾਂ ਦਾ ਤੇ ਜਾ ਕੇ ਮਿਲਦੇ ਹਾਂ ਉਸ ਬਾਈ ਨੂੰ ਕਰਦੇ ਹਾਂ ਗੱਲਾਂ ਬਾਤਾਂ ਵਧੀਆ ਬੰਦਾ ਯਾਰ ਜੇ ਸਟਾਰ ਬੰਦਾ ਤੁਹਾਡਾ ਰਿਪਲਾਈ ਕਰਦੇ ਵੱਡੀ ਗੱਲ ਹੀ ਹੁੰਦੀ ਆ ਹਨਾ ਵੱਡੇ ਬੰਦੇ ਹੁੰਦੇ ਮਤਲਬ ਕਿ ਫੋਲਡਰ ਫੁਲਡਰ ਵਾਲੇ ਹੁੰਦੇ ਨਹੀਂ ਇੰਨੇ ਮੈਸੇਜ ਵੀ ਦੇਖੇ ਜਾਂਦੇ ਫਿਰ ਵੀ ਜੇ ਰਿਪਲਾਈ ਕਰਦਾ ਤਾਂ ਚੰਗੀ ਗੱਲ ਆ ਇਹ
क्यों सिकंदरा? बिल्कुल भाई बिल्कुल। हाँ मक्की दी कालियां अड़कां लाई बैठा है, ये तो जुल्म करता ना मुंडे ने अज जमी। ना तुर जाना सी वे मैं नाल सहेलियां ना जांदी अग लग दी चंद्रे पानी नू अग लग दी चंद्रे पानी नू वे मैं ना पर दी ना पछतां दी जे तू बिन दस्या तुर जाना सी याद कराना आए हाय हाय तैनू याद वे कौन रुठड़े यार मनाम दाई ऐसा कोई ना मिले आवे मैं ढूंढ थकी हाँ वे जेड़ा ज्ञान मोड़ ले आम दाई हो साडे चम दिया जुतियां करे केड़ा वे जड़ा क्यों दा रोग लवाम दाई बस गालियां दे 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 बहुत सोना यार गाल कुल पूरा कमाउंदा मुंडा है इहदा गीत रिकॉर्ड कराई जांदे आ ते छेती टेप लै के आ रहा है आ रही है बिरे हाँ सेलो टेप ठीक है भाई ठीक है ठीक है हम बैठे हैं भाई तीरे को भाई अर्गिया ने जो पहले गेड़े रिप्लाई करता मैं यार भाई उन्होंने जरूर मिलना है नहीं नहीं होंगी है बड़ी गल है इतने चली जा शूटिंगा तो बैन खड़ी है बैंटी बैन कहते हैं बैंटी बैन के बैठा है तीरा धीरज कुमार आ तीरा हाँ आ तीरा हसदा चुपरा सहाणा साहब के नेड़े शाम को पूरा माहौल बजता इतने आओ किसानी झंडे लई खड़े आ जिन्हें भी इतों के है बछिंदे नेड़े तेड़े के शहर के रहने वाले आ सारे आते इतने होर भी चौंकों के मटका चौंक च भी है ना हाँ मटका चौंक जो बाबा लाभ सिंह बाबा लाभ सिंह चौंक कहते जिन्हों उत्थे भी माहौल पकाई बैठे आ चंगी गल आ उह भी मोटरसाइकल वाले बहुत देखे लंघदे टप्पदे झंडे चक्के होए ने किसानी वाले ਇਹ ਜਲਮੀ ਬੰਦੇ ਨੂੰ ਦੁਨੀਆਂ ਜਾਣਦੀ ਆ ਦੁਨੀਆਂ ਕੈਮਰੇ ਮੂਰੇ ਚਿਪ ਜਾਂਦਾ ਜਦੋਂ ਮੈਂ ਜਦੋਂ ਮੈਂ ਸੋਹਣਾ ਸੁਨੱਖਾਂਗਾ ਨਹੀਂ ਨਹੀਂ ਆਹ ਤਾਂ ਜਲਮ ਹੈ ਕਹਿੰਦਾ ਹਰਮਨਜੀਤ ਕਹਿੰਦਾ ਹੁੰਦਾ ਕਹਿੰਦਾ ਕੁੜੀਏ ਮੈਨੂੰ ਪਿਆਰ ਨਾ ਕਰ ਮੈਂ ਕੋਈ ਬਹੁਤਾ ਸੋਹਣਾ ਨਹੀਂ ਨਹੀਂ ਅਸਲ ਚ ਗੱਲ ਇਹ ਆਪਣੀ ਆਪਣੀ ਹੈਗੀ ਆ ਇਹ ਕੈਮਰੇ ਮੂਰੇ ਜਿਹੜਾ ਬੰਦਾ ਖੜ ਜੇ ਨਾ ਉਹ ਚਿਪਣ ਲੱਗ ਜਾਂਦਾ ਮਗਰ ਹੁੰਦਾ ਮੇਰੇ ਵਰਗਾ ਉਹ ਬੋਲੀ ਜਾਂਦਾ ਮਾਰਦਾ ਬੜਾ ਸਵਾਦ ਹੁੰਦਾ ਬੋਲਣ ਦਾ ਮਗਰ ਬੜਾ ਸਵਾਦ ਹੁੰਦਾ ਮੂਰੇ ਵਾਲਾ ਚਿਪ ਜਾਂਦਾ ਹਾਂ ਚਿਪ ਜਾਂਦਾ ਉਹ ਐ ਹੋ ਜਾਂਦਾ ਵੀ ਫੋਕਸ ਹੀ ਇਹਤੇ ਆ ਬੰਦੇ ਤੇ ਹੁਣ ਮੈਂ ਕਹਿੰਦਾ ਵੀ ਆਦੀ ਸਟੋਰੀ ਮੂੰਹ ਵਾਲਾ ਕਰਕੇ ਬੰਦੇ ਇਕੱਠੇ ਹੋਏ ਆ ਔਖੀ ਆ ਬਾਬਾ ਜੀ ਉਹ ਮਾਫੀਆਂ ਮੰਗੀਆਂ ਜਾਣਗੀਆਂ ਇਕਰਾਰਨਾਮੇ ਹੋਣਗੇ ਬਹੁਤ ਕੁਝ ਹੋਣਾ ਗੱਲ ਦਾ ਯਾਰ ਪਰ ਹਸਤਿੰਦਰ ਹੈ ਨੀ ਇੱਕ ਬਲਦੇਵ ਨੂੰ ਬਹੁਤ ਗਾਲਾਂ ਕੱਢੀਆਂ ਸੀ ਹੁਣ ਓਕੇ ਦੇ ਜਵਾਬ ਦੇ ਗਿਆ ਹੋਰ ਦੇਖਦੇ ਆ ਲਾ ਵੀਰੇ ਨੂੰ ਤੇ ਲਾਲ ਸਿੰਘ ਦਿਲ ਉਹ ਤਾਂ ਦੇਖੋ ਅੱਜ ਹੋਰ ਲਿਆਉਣਾ चंडीगढ़ पहुंच गए मुंडे ते चंडीगढ़ पहुंचे किथे है अमर सिंह भी ये तो दुनिया जानती है चोपर नू इन्हां नू सत दोहां नू ते इधर आए नू बबलू सोडी दा इधर नहीं पाणा विच ਨੀ ਬਾਈ ਹੁਣਾਂ ਨੂੰ ਮੈਂ ਨਹੀਂ ਨਾ ਜਾਣਦਾ ਮੈਂ ਯਾਰ ਸੱਚੀ ਸੱਚੀ ਇਹ ਬਸ ਇਹ ਆਏ ਲਾ ਲਾ ਮੇਰੇ ਤੁਮਾਰਾ ਬਜਾਜ ਬੈਡ ਨਜ਼ਰੇ ਫੇਰਾਂਗੇ ਤੇ ਸੂਟ ਦੀ ਇਨਸਾਨ ਹੀ ਉੱਪਰ ਬੈਠਾ ਹੁੰਦਾ ਉਹ ਚਲਾਉਂਦਾ ਹੁੰਦਾ ਸਾਰਾ ਕੁਝ ਉੱਥੇ ਬੰਬ ਆ ਪਹਿਲਾਂ ਹੀ ਲਾ ਦਿੰਦਾ ਬਸ ਉਹੀ ਆ ਜਲਮ ਗੰਮ ਆ ਜਲਮ ਜਲਮ ਬਬਲੂ ਬਬਲੂ ਦਾ ਗੀਤ ਆਇਆ ਹੋਇਆ ਜ਼ਹਿਰ ਜ਼ਹਿਰ ਆ ਬੰਦਾ